ਕਰਤਾਰਪੁਰ ਸਾਹਿਬ ਕੋਰੀਡੋਰ ਨੂੰ ਲੈ ਕੇ ਰਾਜਨੀਤਿਕ ਮਾਹੌਲ ਕਾਫੀ ਗਰਮ ਹੈ, ਜਿਸ ਵਿੱਚ ਸੁਖਜਿੰਦਰ ਸਿੰਘ ਰੰਧਾਵਾ ਨੇ ਸਿੱਧੇ ਸਵਾਲ ਭਾਜਪਾ ਅਤੇ ਅਕਾਲੀ ਦਲ ਤੇ ਖੜੇ ਕੀਤੇ ਹਨ। ਉਹਨਾਂ ਦਾ ਕਹਿਣਾ ਹੈ ਕਿ ਜਾਣ ਬੁੱਝ ਕੇ ਕੋਰੀਡੋਰ ਦੇ ਰਸਤੇ ਵਿੱਚ ਅੜਚਣਾ ਪੈਦਾ ਕੀਤੀਆਂ ਜਾ ਰਹੀਆਂ ਹਨ। ਅੱਜ ਤੋਂ 5 ਮਹੀਨੇ ਪਹਿਲਾਂ ਉੱਥੋਂ ਦੇ 26 ਤਰੀਕ ਸੀ ਮੇਰੇ ਖਿਆਲ, ਨੀਂਹ ਪੱਥਰ ਰੱਖਿਆ ਗਿਆ ਸੀ, 22 ਨੂੰ ਕੀਤਾ ਇੱਥੇ, ਅਤੇ ਉਸ ਵੇਲੇ ਨੀਂਹ ਪੱਥਰ ਰੱਖਣ ਵੇਲੇ ਦੋ ਮਿਨਿਸਟਰ ਗਵਰਨਮੈਂਟ ਆਫ ਇੰਡੀਆ ਦੇ ਗਏ, ਇੱਕ ਹਰਸਿਮਰਤ ਕੌਰ, ਇੱਕ ਬੇਦੀ ਸਾਹਿਬ, ਹਰਦੀਪ ਬੇਦੀ, ਹਰਦੀਪ ਪੁਰੀ ਉਹ ਗਏ, ਅਤੇ ਉੱਥੇ ਗੋਬਿੰਦ ਸਿੰਘ ਲੌਂਗੋਵਾਲ ਵੀ SGPC ਦੇ ਪ੍ਰਧਾਨ ਬੈਠੇ ਨੇ। ਉਹਨਾਂ ਦਾ ਮੇਰੇ ਖਿਆਲ ਉਹਨਾਂ ਨੇ ਉੱਥੋਂ ਦੇ ਪਾਕਿਸਤਾਨ ਕਾਬੁਲ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰੈਜੀਡੈਂਟ ਹੈ ਕਿ ਸੈਕਟਰੀ ਹੈ, ਕੋਈ ਮੈਨੂੰ ਇਹ ਨਹੀਂ ਪਤਾ। ਉਹ ਲੌਂਗੋਵਾਲ ਸਾਹਿਬ ਦੇ ਨਾਲ ਬੈਠੇ ਸੈਲਫੀਆਂ ਲੈ ਰਹੇ ਨੇ, ਇਹ ਦੋਨੋਂ ਮਿਨਿਸਟਰ ਦੀ ਫੋਟੋ 'ਚ। ਇਹਨਾਂ ਨੂੰ ਉਸ ਵੇਲੇ ਪਤਾ ਸੀ ਕਿ ਇਹ ਖਾਲਿਸਤਾਨੀ ਆ ਜਾਂ ਖਾਲਿਸਤਾਨ ਦੀ ਸਪੋਰਟ ਕਰ ਰਿਹਾ, ਅਤੇ ਉਸ ਕੰਟਰੀ 'ਚ ਬੈਠਾ ਉਹਨਾਂ ਦਾ ਸਿਟੀਜਨ ਆ। ਸਾਨੂੰ ਆਪਣੇ ਦੇਸ਼ ਬਾਰੇ ਸੋਚਣਾ ਚਾਹੀਦਾ ਕਿ ਅਸੀਂ ਖਾਲਿਸਤਾਨੀਆਂ ਦਾ ਕਿਵੇਂ ਮੁਕਾਬਲਾ ਕਰਨਾ, ਅਸੀਂ ਟੈਰਿਸਟ ਅਟੈਕ ਜਿਹੜੇ ਹੁੰਦੇ ਉਹਨਾਂ ਨੂੰ ਕਿਵੇਂ ਕੰਟਰੋਲ ਕਰਨਾ। ਇਹ ਸਾਡੀ ਗਵਰਨਮੈਂਟ ਦਾ ਕੰਮ ਹੈ, ਪਾਕਿਸਤਾਨ ਦੀ ਗਵਰਨਮੈਂਟ ਦਾ ਕੰਮ ਨਹੀਂ। ਜਿਹੜਾ ਇਹਨਾਂ ਨੇ ਨਵਾਂ ਇੱਕ ਵਿੱਚ ਇਹ ਰੱਖ ਦਿੱਤਾ 5 ਮਹੀਨੇ ਬਾਅਦ, ਪਹਿਲਾਂ ਇਹਨਾਂ ਨੇ ਕਿਹਾ ਜੀ ਜ਼ਮੀਨ ਅਕੁਆਇਰ ਨਹੀਂ ਹੋ ਰਹੀ, ਜ਼ਮੀਨ ਅਕੁਆਇਰ ਵਾਲੇ ਕਿਸਾਨਾਂ ਨੇ ਕਹਿਤਾ ਕਿ ਜੀ ਤੁਸੀਂ ਜੋ ਸਾਨੂੰ ਦੇਣਾ ਦਿਓ ਪਰ ਗੁਰੂ ਨਾਨਕ ਸਾਹਿਬ ਦੇ ਰਸਤੇ ਲਈ ਜ਼ਮੀਨ ਅਕੁਆਇਰ ਕਰੋ। ਜਦੋਂ ਉਹ ਕੰਮ ਮੁੱਕਾ ਇਹਨਾਂ ਨਵਾਂ ਪੰਗਾ ਖੜ੍ਹਾ ਕਰ ਦਿੱਤਾ ਇੱਕ ਛਾਵਲੇ ਵਾਲਾ। ਮੈਨੂੰ ਇਹ ਨਹੀਂ ਸਮਝ ਆਉਂਦੀ, ਪਾਕਿਸਤਾਨ ਕਹਿੰਦਾ ਸਾਡੇ ਕੋਲ ਰਸਤਾ ਲੈ ਲਓ, ਅਤੇ ਅਸੀਂ ਬਾਦਲ ਸਾਹਿਬ ਕਹਿੰਦੇ ਨਹੀਂ ਅਸੀਂ ਅਰਦਾਸਾਂ ਹੀ ਕਰਾਂਗੇ, ਅਤੇ ਅਰਦਾਸ ਕਿਹਦੀ, ਬਾਦਲ ਕਿਹਦੀ ਕਰਨ ਜਾ, ਉੱਥੇ ਜਾ ਕੇ ਅਮਿਤ ਸ਼ਾਹ ਦੀ ਅਰਦਾਸ ਕਰ ਰਿਹਾ। ਉਹ ਪਹਿਲਾਂ ਸਾਡੇ ਇੱਥੇ ਇਹ ਤਾਂ ਕਰ, ਉੱਥੇ ਸਟੇਜ 'ਤੇ ਖਲੋ ਕੇ ਇਹਨੂੰ ਬਾਦਲ ਨੂੰ ਕਹਿਣਾ ਚਾਹੀਦਾ ਸੀ, ਵੱਡੇ ਬਾਦਲ ਨੂੰ, ਕਿ ਗੁਜਰਾਤ ਦੇ ਕਿਸਾਨਾਂ ਦੀ ਕਿਉਂ ਨਹੀਂ ਅਜੇ ਤੱਕ ਤੁਸੀਂ ਖਤਮ ਕੀਤੀ ਗੱਲ, ਜਿਹੜੇ ਪੰਜਾਬੀ ਕਿਸਾਨ ਨੇ ਗੁਜਰਾਤ 'ਚ ਬੈਠੇ। ਅਤੇ ਨਾਲੇ ਕਹਿਣਾ ਚਾਹੀਦਾ ਸੀ ਕਿ ਜਿਹੜਾ ਕੋਰੀਡੋਰ ਹੈ ਇੱਕ ਨਵਾਂ ਤੁਸੀਂ ਚਾਵਲੇ ਵਾਲਾ ਕਰਕੇ ਗੱਲ, ਅਤੇ ਉਹਦੇ ਬਾਰੇ ਤੁਹਾਡਾ ਕੀ ਸਟੈਂਡ ਤੁਹਾਡਾ ਹੈਗਾ। ਬਾਦਲਾਂ ਨੂੰ ਪਹਿਲਾਂ ਆਪਣਾ ਸਟੈਂਡ ਕਰਨਾ ਚਾਹੀਦਾ, ਔਰ ਉਹਨਾਂ ਨੂੰ ਪੁੱਛਣਾ ਚਾਹੀਦਾ ਮੋਦੀ ਨੂੰ ਕਿ ਇਹਨੂੰ ਕਿਉਂ ਰੋਕਿਆ ਗਿਆ। ਦੋ ਗੇਟ ਲੱਗਣਗੇ, ਇੱਕ ਪਾਕਿਸਤਾਨ ਦਾ, ਇੱਕ ਇੰਡੀਆ ਦਾ। ਇੰਡੀਅਨ ਸਾਈਡ ਤੋਂ ਸਾਡਾ ਪਹਿਲਾਂ ਹੈਗਾ ਪੂਰੀ ਉਹਦੀ ਸਕਰੀਨਿੰਗ ਹੋ ਕੇ ਬੰਦਾ ਜਾਊ, ਵਾਪਸ ਉੱਦਾਂ ਹੀ ਆਓ। ਅਤੇ ਫਿਰ ਜੇ ਇੰਨੀ ਕਮਜ਼ੋਰੀ ਵਿਖਾਵਾਂਗੇ ਅਸੀਂ, ਤਾਂ ਫਿਰ ਕੰਟਰੀਆਂ ਨਹੀਂ ਚੱਲਦੀਆਂ ਹੁੰਦੀਆਂ।